अस्सलाम वालेकुम क्या हाल है ठीक हैं ठीके? मैं हूं आपका दोस्त गुलाम रूफ और आज हम हाजिर हैं एक नई वीडियो के साथ ये देखो ये लसन है लसन की वीडियो तेरे नाम पहले भी एक शेयर की थी एक सदम ताज़ा ताज़ा लाया सी तकरीबन महीना डेढ़ हो गया जो मैं वीडियो शेयर की थी हम तकरीबन काफ़ी हद तक लसन बन चुके देखो भूख भी यदि कंप्लीट हो गई है थल लसन बन रहा है ਮੋਟਾ ਹੋ ਰਿਹਾ ਬੰਦ ਤੇ ਗਿਆ ਲੇਕਿਨ ਮੋਟਾ ਹੋ ਰਿਹਾ ਕਿਉਂਕਿ ਹਲੇ ਕਮ ਸੇ ਕਮ 1 ਮਹੀਨਾ ਹੈ ਇਹਦੇ ਵਾਸਤੇ ਨਾ ਲਸਣ ਵਾਸਤੇ 1 ਮਹੀਨਾ ਹੈ ਇਹਦੀ ਨਸ਼ਨਮਾ ਵਾਸਤੇ ਬੜੋਤਰੀ ਵਾਸਤੇ ਲਸਣ ਨੂੰ ਤੁਹਾਨੂੰ ਪਤਾ ਹੈ ਕਿ ਹਾਂਡੀ ਦੇ ਅੰਦਰ ਇਹਦਾ ਖਾਸ ਕਰਦਾਰ ਹੁੰਦਾ ਹੈ ਪੰਜਾਬੀ ਚ ਕਹਿੰਦੇ ਨਾ ਜੀ ਜਿਨ੍ਹਾਂ ਲਸਣ ਤੋਂ ਬਿਨਾਂ ਤੇ ਹਾਂਡੀ ਅੱਛੀ ਨਹੀਂ ਲੱਗਦੀ ਇੰਗਲਿਸ਼ ਚ ਇਹਨੂੰ ਗਾਰਲਿਕ ਕਹਿੰਦੇ ਨੇ ਲੇਕਿਨ ਆਪਾਂ ਇੰਗਲਿਸ਼ ਨੂੰ ਕੀ ਕਰਨਾ ਹੈ ਅੱਪਾ ਪੰਜਾਬੀ ਆ ਤੇ ਪੰਜਾਬੀ ਦੀ ਗੱਲ ਕਰਦੇ ਆਂ ਪੰਜਾਬੀ ਚ ਨੂੰ ਕੀ ਕਹਿੰਦੇ ਨੇ ਉਹ ਹੀ ਦੱਸਦੇ ਆਂ ਇਹ ਲਸਣ ਹੈਗਾ ਤੁਹਾਨੂੰ ਪਤਾ ਹੈ ਕਿ ਲਸਣ ਹਾਂਡੀ ਦਾ ਸਵਾਦ ਬਣਾਉਣ ਚ ਹਾਂਡੀ ਬਣਾਉਣ ਚ ਬਹੁਤ ਬੜਾ ਕਰਦਾਰਾ ਅਦਾ ਕਰਦਾ ਹੈ ਇਹ ਦੇਖੋ ਉੱਤ ਨਹੀਂ ਲਸਣ ਲੱਗਾ ਹੋਇਆ ਇਹ ਕੋਈ ਕਾਰਖਾਨਾ ਵਾਸਤੇ ਹੈ ਅਗਰ ਥੋੜਾ ਬਹੁਤਾ ਇਜ਼ਾਫੀ ਹੋਏਗਾ ਤਾਂ ਬੰਦਾ ਵੇਚ ਵੀ ਲੈਂਦਾ ਹੈ ਤੁਹਾਨੂੰ ਪਤਾ ਹੈ ਕਿ ਕਿਦੋਂ ਜਿਹੜਾ ਪਿੰਡਾਂ ਚ ਹੁੰਦਾ ਨਾ ਗਲੀ ਮੱਲੇ ਜਿਹੜਾ ਵੇਚਦਾ ਹੁੰਦਾ ਨਾ ਲਸਣ ਵਗੈਰਾ ਐਵੇਂ ਇਹ ਚੀਜ਼ਾਂ 베ਚਦਾ ਹੈ ਫਰਾਂਡ ਗਵਾਂੜੀ ਉਹਨਾਂ ਤੋਂ ਮੰਗ ਲੈਂਦੇ ਨੇ ਜਾਂ ਸਾਨੂੰ ਵੀ ਦੇ ਦੇ ਇੱਕ ਗੱਟੀ ਸਾਨੂੰ ਵੀ ਦੇ ਦਿਓ ਇਸ ਤਰ੍ਹਾਂ ਫਿਰ ਜਿਹੜਾ ਵੀ ਲੰਮਦਾ ਨਾਲ ਥੋੜਾ ਲਸਣ ਜ਼ਿਆਦਾ ਹੀ ਲੰਦਾ ਕਿ ਉਹਨੇ ਆਪਣਾ ਵੀ ਵੇਖਣਾ ਹੁੰਦਾ ਹੈ ਫਰਾਂਡ ਗਵਾਂੜੀ ਜਿਹੜਾ ਕੋਈ ਮੰਗ ਲੈਂਦਾ ਹੈ ਜਾਂ ਵੈਸੇ ਤੁਸੀਂ ਕਿਸੇ ਨੂੰ ਦੇਣਾ ਚਾਹੁੰਦੇ ਹੋ ਤੇ ਦੇ ਸਕਦੇ ਹੋ ਤੇ ਅਗਰ ਜ਼ਿਆਦਾ ਬੀਜਾ ਹੋਵੇ ਜ਼ਿਆਦਾ ਇਜ਼ਾਫਾ ਹੋਵੇ ਤਾਂ ਤੁਸੀਂ ਵੇਚ ਵੀ ਸਕਦੇ ਹੋ ਇਹਦੇ ਵਿੱਚ ਕੋਈ ਹਰਜ ਨਹੀਂ ਕਿਉਂਕਿ ਇਹ ਵੀ ਇੱਕ ਫਸਲ ਹੈਗੀ ਹੈ ਐਸੇ ਵੀ ਅੱਛੀ ਖਾਨਸੀ ਮਿਹਨਤ ਹੁੰਦੀ ਹੈ ਆਜੋ ਕੋ ਇਧਰ ਗੋਡੀ ਹੋਈ ਹੈ ਇਨੂੰ ਗੋਡੀ ਕੀਤੀ ਹੋਈ ਲਸਣ ਨੂੰ ਇਹ ਖੱਤਾਲੇ ਗੋਡੀ ਹੋਣ ਵਾਲਾ ਐ ਇਸ ਨੂੰ ਗੋਡੀ ਕਰਨੀ ਹੈ ਲੈ ਤੁਹਾਨੂੰ ਪਤਾ ਜਿਹੜੀ ਲਸਣ ਦੀ ਖਾਦ ਹੁੰਦੀ ਹੈ ਸਵਾਹ ਹੁੰਦੀ ਹੈ ਸਵਾਹ ਰਾਖ ਜਿਹਨੂੰ ਤੁਸੀਂ ਰਾਖ ਕਹਿੰਦੇ ਹੋ ਸਵਾਹ ਖਾਸ ਤਰ ਗੋਇਆਂ ਦੀ ਸਵਾਹ ਜਿਹਨੂੰ ਕਹਿੰਦੇ ਨੇ ਪਾਥੀਆਂ ਦੀ ਮੈਂ ਪੰਜਾਬੀ ਚ ਤੁਹਾਡੇ ਨਾਲ ਸਿੱਧੀ ਫਾਰਵਰਡ ਜੀ ਗੱਲ ਕਰ ਰਿਹਾ ਗੋਇਆਂ ਦੀ ਸਵਾਹ ਜਿਹੜੀ ਹੁੰਦੀ ਉਹ ਇਹਦੀ ਇਸ ਨੂੰ ਡੀਪੀ ਦੀ ਤਰ੍ਹਾਂ ਲੱਗਦੀ ਜਿਸ ਤਰ੍ਹਾਂ ਡੀਪੀ ਕਿਸੇ ਫਸਲ ਨੂੰ ਲੱਗਦੀ ਹੈ ਨਾ ਆਸੇ ਤਰ੍ਹਾਂ ਜਿਹੜੇ ਗੋਇਆਂ ਦੀ ਸਵਾਹ ਹੁੰਦੀ ਏ ਲਸਣ ਨੂੰ ਪਾਈਏ ਤੇ ਡੀਏਪੀ ਜਨਾਸਰ ਕਰਦੀਏ। ਔਰ ਇਸ ਬਾਅਦ ਗੋਡੀ ਵੀ ਕਾਫੀ ਅਹਿਮ ਕਰਦਾਰ ਅਦਾ ਕਰਦੀ ਹੈ। ਅਦਰ ਵਿੱਚ ਇਹਦੀ ਨਸ਼ਲ ਮਾ ਦੇ ਅੰਦਰ ਇਸ ਨੂੰ ਮੋਟਾ ਕਰਨ ਛੇ। ਇਹਨੂੰ ਫਾਲਨ ਬੂਲਨ ਛੇ। ਜਾਨਕਿ ਜਿਹਨੂੰ ਗੋਡੀ ਟਾਈਮ ਸੇ ਹੋਏਗੀ ਦੋ ਤਿੰਨ ਗੋਡੀਆਂ ਕਰੋਗੇ ਔਰ ਸਵਾਹ ਪਾਦੇ ਰਹੋਗੇ ਤੇ ਲਸਣ ਮਾਸ਼ਾਅੱਲਾ ਅੱਛਾ ਹੋਏਗਾ, ਮੋਟਾ ਹੋਏਗਾ, ਤਗੜਾ ਹੋਏਗਾ।